ਫਰੀਦਕੋਟ ਸ਼ਹਿਰ ਵਿੱਚ ਸਵੇਰ ਤੋਂ ਹੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਸ਼ਾਮ ਇੱਕ ਹੋਰ ਵੱਡੀ ਘਟਨਾ ਹੋ ਗਈ। ਪਹਿਲੀ ਘਟਨਾ ਸਵੇਰ ਸਮੇਂ ਆਪਣੀ ਡਿਊਟੀ ਤੇ ਜਾਣ ਲਈ ਇੱਕ ਮਹਿਲਾ ਅਧਿਆਪਕ ਤੇ ਅਣਪਛਾਤੇ ਹਮਲਾਵਰਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਵਿੱਚ ਮਹਿਲਾ ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਦੂਜਾ ਮਾਮਲਾ, ਫਰੀਦਕੋਟ ਤੋਂ ਆਪਣੇ ਪਿੰਡ ਭਲੌਰ ਮੋਟਰਸਾਈਕਲ ਤੇ ਜਾ ਰਹੇ ਇੱਕ ਪਰਿਵਾਰ ਤੇ ਤਿੰਨ ਲੁਟੇਰਿਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚੋਂ ਇੱਕ ਵਿਅਕਤੀ ਜ਼ਖਮੀ ਹੋ ਗਿਆ। ਲੁਟੇਰਿਆਂ ਵੱਲੋਂ 10 ਸਾਲਾ ਬੱਚੇ ਦੇ ਸਿਰ ਤੇ ਪਿਸਤੌਲ ਰੱਖ 15,000 ਰੁਪਏ ਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ। ਜ਼ਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ। ਇਸ ਮੌਕੇ ਜ਼ਖਮੀ ਹੋਏ ਕੁਲਦੀਪ ਦੇ ਬੇਟੇ ਪ੍ਰਿੰਸ ਨੇ ਕਿਹਾ ਕਿ ਉਹ ਫਰੀਦਕੋਟ ਤੋਂ ਘਰ ਜਾ ਰਹੇ ਸਨ ਤੇ ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਸਦੇ ਪਿਤਾ ਨੂੰ ਜ਼ਖਮੀ ਕਰ ਦਿੱਤਾ ਤੇ ਉਸਦੇ ਸਿਰ ਤੇ ਪਿਸਤੌਲ ਰੱਖ ਕੇ 15,000 ਰੁਪਏ, ਸੋਨਾ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ। ਪ੍ਰਿੰਸ ਨੇ ਆਖਿਆ ਕਿ ਤਿੰਨ ਵਿੱਚੋਂ ਦੋ ਵਿਅਕਤੀ ਉਹਨਾਂ ਦੇ ਪਿੰਡ ਦੇ ਨੇ, ਜਿਨ੍ਹਾਂ ਨੂੰ ਉਹ ਜਾਣਦਾ ਹੈ। ਇਸ ਮੌਕੇ ਜ਼ਖਮੀ ਕੁਲਦੀਪ ਦੀ ਪਤਨੀ ਸੁਖਪਾਲ ਨੇ ਕਿਹਾ ਕਿ ਪਿੰਡ ਜਾਂਦੇ ਸਮੇਂ ਤਿੰਨ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦਾ ਪਤੀ ਜ਼ਖਮੀ ਹੋ ਗਿਆ ਤੇ ਪੈਸੇ ਅਤੇ ਉਹ ਸੋਨਾ ਲੈ ਕੇ ਫਰਾਰ ਹੋ ਗਏ। ਬੱਚੇ ਦੇ ਸਿਰ ਤੇ ਪਿਸਤੌਲ ਰੱਖ ਕੇ ਪੈਸੇ ਲੈ ਕੇ ਗਏ। ਇਸ ਮੌਕੇ ਫਰੀਦਕੋਟ ਦੀ ਪੁਲਿਸ ਵੀ ਪਹੁੰਚ ਗਈ ਤੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਫਰੀਦਕੋਟ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ। ਲਗਾਤਾਰ ਕਿ ਫਰੀਦਕੋਟ ਦੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਜਿੱਦਣ ਦੀ ਕਾਂਗਰਸ ਸਰਕਾਰ ਬਣੀ ਹੈ, ਵੈਸੇ ਤਾਂ ਪਹਿਲਾਂ ਹੀ ਵਾਰਤਾ ਨਵੇਂ ਕਿਸਮ ਦੀਆਂ ਵਾਰਦਾਤਾਂ ਹੋਣੀਆਂ ਸ਼ੁਰੂ ਹੋਈਆਂ। ਅੱਜ ਸਵੇਰੇ ਵੀ ਇੱਕ ਜਿਹੜੀ ਸਾਡੀ ਭੈਣ ਦੇ ਇੱਥੇ ਸਕੂਲ ਜਾ ਰਹੀ ਸੀ, ਟੀਚਰ ਸੀ, ਉਹਨੂੰ ਕਿਰਪਾਨਾ ਮਾਰ ਕੇ ਜਿਹੜਾ ਕਿਰਪਾਨਾ ਨਾਲ ਵੱਢਿਆ ਗਿਆ। ਆਹ ਦੂਜਾ ਪਰਿਵਾਰ ਆ ਜਿਹੜਾ, ਇਹ ਮੋਟਰਸਾਈਕਲ ਤੇ ਜਾ ਰਹੇ ਸਮੇਤ ਪਰਿਵਾਰ, ਲੇਡੀ ਸੀ, ਬੱਚੇ ਸੀਗੇ, ਤੇ ਬੱਚਿਆਂ ਦੇ ਨਾਲ ਜਿਹੜਾ ਉਹ ਕਿਰਪਾਨਾ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਲੁੱਟਿਆ ਗਿਆ। ਜਿਹੜੇ ਉਹਨਾਂ ਤੋਂ ਜੇਵਰ ਸੀ ਉਹ ਖੋਏ ਗਏ ਆ, ਮੋਬਾਈਲ ਖੋਏ ਗਏ ਆ, ਪੈਸੇ ਖੋਏ ਗਏ ਆ। ਸੋ ਅੱਜ ਜਿਹੜਾ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਬਹੁਤ ਮਾੜੇ ਹੋ ਰਹੇ ਆ, ਔਰ ਮੈਂ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਜੇ ਅਜਿਹੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਲੋਕ ਫਿਰ ਉੱਠ ਕੇ ਸੜਕਾਂ 'ਤੇ ਆਉਣਗੇ, ਫਿਰ ਇਹਨਾਂ ਨੂੰ ਸੰਭਾਲਣਾ ਔਖਾ ਹੋ ਜਾਊਗਾ। ਸਰ, ਜਿਸ ਤਰ੍ਹਾਂ ਕਿ ਫਰੀਦਕੋਟ ਵਿੱਚ ਕੀ ਅਪਰਾਧਿਕ ਘਟਨਾਵਾਂ ਅੱਗੇ ਨਾਲੋਂ ਹੋਰ ਵੀ ਵੱਧ ਗਈਆਂ, ਉਸ ਬਾਰੇ ਤੁਸੀਂ ਕੀ ਕਹਿੰਦੇ? ਦੇਖੋ, ਫਰੀਦਕੋਟ ਦੇ ਗੁੰਡੇ ਆ ਜਿਹੜੇ, ਤੁਹਾਨੂੰ ਪਤਾ ਵੀ ਲਗਾਤਾਰ ਇਹ ਗੈਂਗਸਟਰਾਂ ਨਾਲ ਵੀ ਸੰਬੰਧ ਰਹੇ ਇਹਨਾਂ ਦੇ। ਇੱਥੇ ਅਸਲਾ ਜਿਹੜਾ ਨਜਾਇਜ਼ ਅਸਲਾ ਜਿਹੜਾ ਬਾਹਰੋਂ ਵਿਦੇਸ਼ੀ ਹਥਿਆਰ ਲਿਆ ਕੇ ਵੀ ਵੇਚਦੇ ਰਹੇ, ਉਹ ਵੀ ਬੰਦੇ ਇਸ ਸ਼ਹਿਰ ਦੇ ਵਿੱਚ ਹੈ। ਸੋ ਇਸ ਵਾਸਤੇ ਪ੍ਰਸ਼ਾਸਨ ਦੀ ਜਿਹੜੀ ਢਿੱਲ ਹੈ, ਇਹ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀ ਹੈ। ਫਰੀਦਕੋਟ ਤੋਂ ਭਲੂਰ ਨੂੰ ਜਾ ਰਹੇ ਸੀਗੇ ਤੇ ਧੂਰਕੋਟ ਦੇ ਰਾਹ ਤੇ ਉਹ ਤਿੰਨੇ ਜਾਣੇ ਖੜੇ ਸੀ, ਮੈਂ ਉਹਨਾਂ ਨੂੰ ਪਛਾਣਦੀ ਵੀ ਹਾਂ। ਤੇ ਉਹਨਾਂ ਨੇ ਮੇਰੇ ਘਰ ਵਾਲੇ ਨੇ ਪਹਿਲਾਂ ਸਾਡੇ ਜਦੋਂ ਮਾਂ ਪੁੱਤਾਂ ਦੇ ਪਿਸਟਲ ਲਾਇਆ ਸਿਰ ਦੇ ਉੱਪਰ, ਬਾਅਦ ਦੇ ਵਿੱਚ ਮੂਹਰੇ ਆ ਗਏ, ਇਹਨਾਂ ਨੇ ਚੱਕ ਕੇ ਕਿਰਪਾਨ ਮਾਰੀ, ਮੇਰਾ ਪਾਰਸ ਖੋ ਕੇ ਲੈ ਗਏ, ਮੇਰੇ ਜੁਐਲਰੀ ਵਗੈਰਾ ਸਾਰੀ ਲਵਾ ਕੇ ਲੈ ਗਏ। ਤੁਸੀਂ ਪਛਾਣਦੇ ਹੋ ਉਹਨਾਂ ਨੂੰ? ਹਾਂਜੀ, ਮੈਂ ਉਹਨਾਂ ਨੂੰ ਪਛਾਣਦੀ ਹਾਂ। ਤੁਸੀਂ ਕਿੱਥੋਂ ਜਾ ਰਹੇ ਸੀ? ਕਿੱਥੋਂ ਤੋਂ? ਫਰੀਦਕੋਟ ਤੋਂ ਵੀਰੇ, ਭਲੂਰ ਜਾ ਰਹੀ ਸੀ। ਰਹਿਣ ਵਾਲੇ ਤੁਸੀਂ ਭਲੂਰ ਦੇ? ਹਾਂਜੀ, ਭਲੂਰ ਦੇ ਰਹਿਣ ਵਾਲੇ। ਫਰੀਦਕੋਟ ਤੋਂ ਵਧੀਆ ਹੈ ਨਾ, ਆਰਾਮ ਨਾਲ ਆਈ ਜਾਂਦੇ ਸੀ ਤੇ ਨਾ, ਹੈ ਨਾ, ਇਹ ਨਾ ਹੈ ਨਾ ਲੁਕੇ ਹੋਏ ਸੀ, ਫਿਰ ਵੀ ਨਾ ਆਰਾਮ ਨਾਲ ਗੱਲਾਂ ਕਰਦੇ ਆਈ ਜਾਂਦੇ ਸੀ। ਜੋ ਅਸੀਂ ਫਿਰ ਨਹੀਂ ਟੱਪੀ ਤੇ ਇਹ ਅੱਗੇ ਖੜੇ ਸੀ ਗੱਲਾਂ ਕਰਦੇ ਹੋਏ, ਅਸੀਂ ਗੱਲਾਂ ਕਰੀ ਜਾਂਦੇ ਸੀ। ਇਹਨਾਂ ਨੇ ਜੋ ਪਾਪਾ ਨੇ ਮਾਰਿਆ, ਫਿਰ ਹੈ ਨਾ ਸਾਨੂੰ ਖੇਤਾਂ 'ਚ ਵਾੜ ਕੇ ਇਹ ਕਹਿੰਦੇ ਸਾਰਾ ਸਮਾਨ ਦੇ ਦਿਓ, ਇਹ ਹੈ ਨਾ ਪਾਪਾ ਨੇ ਸਾਰਾ ਸਮਾਨ ਕੱਢ ਲਿਆ। ਅਤੇ ਨਾ ਹੈ ਨਾ ਜੋ ਪਾਪਾ ਦੇ 7 ਵਜੇ ਸੀ, ਪਾਪਾ ਦੇ ਅੱਖਾਂ 'ਚ ਪਾਉਣਾ ਸੀਗਾ ਅਤੇ ਨਾ ਇਹਨਾਂ ਨੇ ਮੇਰੇ ਇੱਥੇ ਹੈ ਨਾ ਪੈਸ ਚੱਲ ਰਿਹਾ ਹੋਇਆ ਸੀ ਜੀ, ਹੈ ਨਾ ਤਿੰਨੋਂ ਜਾਣੇ ਹੈ ਨਾ ਉਹ ਜ਼ੋਰ ਦੇ, ਫਿਰ ਮੇਰੇ ਜੋ ਪੈਸ ਚੱਲ ਰਿਹਾ ਸੀ ਉਹ ਜਾ ਵੜੇ, ਫਿਰ ਮੋਟਰਸਾਈਕਲ ਨਾਲ ਮੋਟਰਸਾਈਕਲ ਸਾਡਾ ਚੱਕ ਕੇ ਲੈ ਗਏ, ਪਰਸ ਵੀ ਮੰਮਾ ਦਾ ਸੀਗਾ ਅਤੇ ਨਹੀਂ ਹੈ ਨਾ ਉਹਨਾਂ ਉਹਦੇ ਵਿੱਚ ਹੈ ਨਾ 15,000 ਰੁਪਏ ਸੀ, ਹੈ ਨਾ ਮੰਮਾ ਦਾ ਜਵੈਲਰੀ ਸੀ। ਇਹਨਾਂ ਤਿੰਨਾਂ ਜੋ ਦੋ ਜਣੇ ਜਾਣਦੇ ਸੀ।